नौवें पातशाह श्री गुरु तेग बहादुर साहिब के 400 साल प्रकाश पुरब संबंधी श्रोमणी गुरुद्वारा प्रबंधक कमेटी वालों स्थित गुरु साहिब जी के प्रकाश स्थान गुरुद्वारा गुरु के महल तो विशाल नगर कीर्तन सजाया गया। नगर कीर्तन की आरंभता खालसी जहो जलाल नाल हुई। इस मौके पत्रकारों नाल गलबात करदे SGPC की प्रधान बीबी जगीर कौर ने कहा कि श्री गुरु ग्रंथ साहिब जी की छत्र छाया ते पंज प्यारियां की अगुवाई विच नगर कीर्तन नौवें पातशाह नाल संबंधित वख-वख गुरु स्थानों तो हुंदा होया अगले पड़ावां वल वधेगा। पंजाब हरियाणा तो दिल्ली अते फिर दिल्ली तो श्री आनंदपुर साहिब तक के नगर कीर्तन नौवें पातशाह जी दे 400 सालाना प्रकाश पुरब संबंधित संगत आदर जागरूकता अते प्रेरणा पैदा करेगा। ਅਤੇ ਇਸ ਅੱਗੇ ਬੋਲਦਿਆਂ ਬੀਬੀ ਨੇ ਕਿਹਾ ਕਿ ਕੋਰੋਨਾ ਪ੍ਰਤੀ ਸਰਕਾਰ ਨੇ ਅਜੇ ਉਹਨਾਂ ਨੂੰ ਕੋਈ ਵੀ ਹਦਾਇਤਾਂ ਨਹੀਂ ਦਿੱਤੀਆਂ ਕਿ ਰਾਤ ਨੂੰ ਨਗਰ ਕੀਰਤਨ ਕਿਤੇ ਨਿਕਲੇ ਜਾਂ ਨਾ ਨਿਕਲੇ। ਅੱਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪ੍ਰਕਾਸ਼ ਅਸਥਾਨ ਤੋਂ ਗੁਰੂ ਕੇ ਮਹਿਲ ਤੋਂ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਜਾ ਰਿਹਾ ਹੈ। ਸੰਗਤਾਂ ਨੂੰ ਸੁਨੇਹਾ ਦੇਣ ਵਾਸਤੇ, ਸੰਗਤਾਂ ਨੂੰ ਬਾਣੀ ਨਾਲ ਜੋੜਨ ਵਾਸਤੇ, ਸੰਗਤਾਂ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਇਹ ਸਾਡੀਆਂ ਪਰੰਪਰਾਵਾਂ ਹਨ ਕਿ ਅਸੀਂ ਗੁਰਮਤ ਸਮਾਗਮ ਕਰੀਏ, ਅਸੀਂ ਨਗਰ ਕੀਰਤਨ ਕੱਢੀਏ। ਉਹ ਪਰੰਪਰਾਵਾਂ ਨੂੰ ਵੇਖਦਿਆਂ ਹੋਇਆਂ ਅੱਜ ਇਹ ਵਿਸ਼ਾਲ ਨਗਰ ਕੀਰਤਨ ਇੱਥੋਂ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਜਿੱਥੇ ਮੁਬਾਰਕ ਚਰਨ ਪਏ ਹੈ ਉੱਥੋਂ ਹੁੰਦਾ ਹੋਇਆ ਵੱਖ ਵੱਖ ਪੜਾਵਾਂ 'ਤੇ ਰੁਕਦਾ ਹੋਇਆ ਪੰਜਾਬ, ਹਰਿਆਣਾ, ਇਹ ਸਾਰੇ ਮਾਲਵਾ, ਮਾਝਾ, ਦੁਆਬਾ ਇੱਥੋਂ ਹੋ ਕੇ ਦਿੱਲੀ ਪਹੁੰਚੇਗਾ ਅਤੇ ਦਿੱਲੀ ਤੋਂ ਫਿਰ ਦੁਬਾਰਾ ਵਾਪਸ ਸਫ਼ਰ ਜਿਹੜਾ ਭਾਈ ਜਾਤਾ ਜੀ ਜੋ ਸੀਸ ਲੈ ਕੇ ਆਏ ਸੀ ਉੱਥੋਂ ਦੀ ਕਰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੇਗਾ। ਸੋ ਲੰਬਾ ਸਮਾਂ ਲੱਗੇਗਾ, 1 ਮਹੀਨੇ ਦਾ ਤਕਰੀਬਨ ਸਮਾਂ ਲੱਗੇਗਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਰਸਤਿਆਂ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਆਪਣਾ ਮੁਬਾਰਕ ਚਰਨ ਪਾਉਂਦੇ ਹੈ, ਜਿੱਥੋਂ ਜਿੱਥੋਂ ਲੰਘਦੇ ਜਾਣਗੇ, ਸਾਰੀ ਸੰਗਤ ਉਮੜ ਕੇ ਆਓ, ਆਪਣੇ ਪਾਤਸ਼ਾਹ ਨੂੰ ਨਮਸਕਾਰ ਕਰੋ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਮੈਂ ਇਹ ਵੀ ਬੇਨਤੀ ਕਰਾਂਗੀ ਕਿ ਸਰਕਾਰ ਪੈਨਿਕ ਨਾ ਕ੍ਰੀਏਟ ਕਰੇ, ਸੁਚੇਤ ਜ਼ਰੂਰ ਕਰੇ, ਜੋ ਹਦਾਇਤਾਂ ਹਨ ਸਾਨੂੰ ਬਣਨੀਆਂ ਚਾਹੀਦੀਆਂ, ਪਾਲਣੀਆਂ ਚਾਹੀਦੀਆਂ ਅਤੇ ਸੰਗਤ ਜਿਹੜੀ ਹੈ ਹਮੇਸ਼ਾ ਗੁਰੂ ਲਈ ਸ਼ਰਧਾ ਜਿਹੜੀ ਹੈ ਉਹ ਆਪਣੇ ਬਣਾਈ ਰੱਖੇ, ਰਸਤਿਆਂ ਵਿੱਚ ਵੱਖ ਵੱਖ ਢੰਗ ਦੇ ਨਾਲ ਜੀ ਆਇਆਂ ਕਹਿਣ ਵਾਸਤੇ ਆਪਣੇ ਆਪਣੇ ਪੜਾਵਾਂ 'ਤੇ ਜ਼ਰੂਰ ਖੜੀ ਹੋ ਕੇ ਜੀ ਆਇਆਂ ਕਵੇ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਪੰਜਾਬ, ਹਰਿਆਣਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਜਾਵੇਗਾ। ਅਤੇ ਦੀਨ ਦੁਨੀਆ ਦੇ ਬਾਲੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ, 400 ਸਾਲਾ ਸ਼ਤਾਬਦੀ ਰੂਪ ਵਿੱਚ ਮਨਾਇਆ ਜਾ ਰਿਹਾ। ਅਸੀਂ ਜਿਸ ਪਾਵਨ ਪਵਿੱਤਰ ਅਸਥਾਨ 'ਤੇ ਖੜੋਤੇ ਹਾਂ ਗੁਰੂ ਕੇ ਮਹਿਲ, ਇਹ ਉਹ ਪਾਵਨ ਅਸਥਾਨ ਹੈ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਸਾਹਿਬਾਨ ਦੇ ਵਿੱਚੋਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਹੋਇਆ ਔਰ 1 ਮਈ ਨੂੰ ਉਹਨਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ 400 ਸਾਲਾ ਸ਼ਤਾਬਦੀ ਰੂਪ 'ਚ ਮਨਾਇਆ ਜਾਂਦਾ। ਅੱਜ ਗੁਰੂ ਕੇ ਮਹਿਲ ਜਿਹੜਾ ਜਗ੍ਹਾ ਜਗ੍ਹਾ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਜੀਵਨ ਫਲਸਫੇ ਦੇ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ। ਦੇਖੋ ਸਾਡੀ ਤਾਂ ਗੁਰਬਾਣੀ ਦਾ ਫਰਮਾਨ ਸਾਡੇ ਲਈ ਸਰਬ ਜਿਹੜਾ ਪਰੀ ਹੈ, ਸਰਵੋਪਰੀ ਹੈ। ਮਹਾਰਾਜ ਕਹਿੰਦੇ ਨੇ ਕਿ ਪਾਲਾ ਕੱਕਰ ਬਰਫ ਵਰਸਾ, ਗੁਰਸਿੱਖ ਲੰਘ ਗੁਰ ਪਹਿ ਜਾਈ, ਝੱਖੜ ਝਾਂਗੀ ਮੀਂਹ ਵਰਸਾ, ਹੀ ਗੁਰ ਦੇਖਣ ਜਾਵਾਂ। ਅਸੀਂ ਤਾਂ ਗੁਰੂ ਦੇ ਦਰਸ਼ਨ ਦਿਦਾਰ ਕਰਨ ਜਿਹੜਾ ਉਹ ਜਾਣਾ। ਗੁਰੂ ਸਾਡੇ ਲਈ ਸਭ ਤੋਂ ਅਹਿਮ ਹੈ, ਗੁਰੂ ਸਾਡੇ ਲਈ ਸਭ। ਮੈਨੂੰ ਲੱਗਦਾ ਕਿ ਸ਼ਾਇਦ ਕੋਰੋਨਾ ਵੀ ਲੱਗਦਾ ਸਰਕਾਰ ਦਾ ਜਿਹੜਾ ਆਗਿਆਕਾਰੀ ਪੋਤੀ ਹੈ, ਜਿਹੜਾ ਸਰਕਾਰ ਦੀ ਆਗਿਆ 'ਚ ਚੱਲਦਾ ਕਿਹੜੀ ਸਟੇਟ 'ਚ ਜਾਣਾ ਹੈ, ਕਿਹੜੀ ਸਟੇਟ 'ਚ ਨਹੀਂ ਜਾਣਾ। ਅਤੇ ਇਹ ਕੋਰੋਨਾ ਮੈਨੂੰ ਲੱਗਦਾ ਸਰਕਾਰ ਨੂੰ ਪੁੱਛ ਕੇ ਜਿਹੜਾ ਉਹ ਵੜਦਾ ਅੰਦਰ। ਨਿਊਜ਼ ਡੈਸਕ ਤੋਂ ਸ਼ਿਖਾ ਪੰਡਿਤ ਦੇ ਨਾਲ ਮਨਿੰਦਰ ਕੌਰ, ਵਾਇਸ ਆਫ ਪੰਜਾਬ, ਅੰਮ੍ਰਿਤਸਰ। ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ, ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ, ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ, ਤਾਂ ਸੋਚਦੇ ਕੀ ਹੋ, ਅੱਜ ਹੀ ਜੁੜੋ ਵਾਇਸ ਆਫ ਪੰਜਾਬ ਦੇ ਨਾਲ। ਵਾਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ। ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ, 9814400041, 9788000870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ID ਹੈ voiceofpunjabtv@gmail.com।